ਮਾਰ ਸਿਰਫ ਧੀਆਂ ਨੂੰ ਹੀ ਕਿਉਂ ਪੈਂਦੀ ਹੈ ਹਰ ਸਮੇਂ ਹਰ ਮੌਸਮ ਤੇ ਤੁਸੀਂ ਇਹ ਦੇਖੋ ਦੁਨੀਆ ਭਰ ਦੇ ਵਿੱਚ ਧੀਆਂ ਕਿਤੇ ਵੀ ਹੋਣ ਉਹਨਾਂ ਦਾ ਸ਼ੋਸ਼ਣ ਹੋ ਹੀ ਰਿਹਾ ਕਿਵੇਂ ਹੋ ਰਿਹਾ ਕੁਝ ਧੀਆਂ ਜਿਹੜੀਆਂ ਇੱਥੇ ਆਉਂਦੀਆਂ ਨੇ ਜਦੋਂ ਭਾਰਤ ਤੇ ਚਾਉਂਦੀਆਂ ਕਈ ਦੇਸ਼ਾਂ ਤੋਂ ਆਉਂਦੀਆਂ ਮੈਂ ਨਾਂ ਨਹੀਂ ਲੈ ਰਿਹਾ ਦੇਸ਼ਾਂ ਦੇ ਸਾਰੀ ਦੁਨੀਆ ਨੂੰ ਪਤਾ ਹੈ ਉਹ ਇੱਥੇ ਕੀ ਕਰਨ ਆਂਦੀਆਂ ਵਪਾਰ ਵਪਾਰ ਕਿਹੋ ਜਿਹਾ ਉਹਨਾਂ ਕੋਲ ਕੀ ਹੈ ਉਹਨਾਂ ਕੋਲ ਸਿਰਫ ਇਹ ਆਪਣੀ ਜਿਸਮਾਨੀ ਪੂੰਜੀ ਦੇਵਪਾਰਧ ਵਿੱਚ ਕਈ ਧੀਆਂ ਫਸ ਜਾਂਦੀਆਂ ਫੜੀਆਂ ਜਾਂਦੀਆਂ ਤੇ ਫੇਰ ਕਿਵੇਂ ਇੱਥੇ ਕਿਸ ਤਰ੍ਹਾਂ ਤੁਸੀਂ ਦੇਖੋ ਇਹ ਜਿਹੜਾ ਪ੍ਰਬੰਧਨ ਹੈ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਚੱਲ ਰਿਹਾ ਇਹ ਪ੍ਰਬੰਧਨ ਦੀ ਜਿਹੜੀ ਹੈ ਮਿਲੀ ਭੁਗਤੋ ਦੇ ਨਾਲ ਹੁੰਦੀ ਹੈ ਉਹਦੇ ਵਿੱਚ ਜਿਹੜਾ ਲਾਲਚ ਹੈ ਜੀ ਦੋਵੇਂ ਪਾਸੇ ਦਾ ਜੀ ਤੁਸੀਂ ਸਾਡੇਆਂ ਲੱਖ ਚੁੱਕ ਕੇ ਨਹੀਂ ਵੇਖਣੀ ਆਪਣੇ ਪੈਸੇ ਹਿਸਾਬ ਪੱਤੀ ਤੁਸੀਂ ਲਵੋ ਤੇ ਅਸੀਂ ਜੋ ਮਰਜ਼ੀ ਕਰੀਏ ਤੇ ਇਹਦੇ ਵਿੱਚ ਸੱਪਾ ਦੇ ਕੇਂਦਰ ਵੀ ਸ਼ਾਮਲ ਨੇ ਹੁਣੇ ਪਿੱਛੇ ਜਿਹੜੇ ਹੋਏ ਸਨ ਰੇਟ ਹੋਏ ਸਨ ਕਈ ਹੋਟਲ ਜਿਹੜੇ ਨੇ ਉਹਨਾਂ ਦੀ ਅਕੂਪੈਂਸੀ ਕੋਈ ਨਹੀਂ ਉਹਨਾਂ ਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਕੋਈ ਨਹੀਂ ਕਮਰੇ ਉਹਨਾਂ ਕੋਲ ਹੈਗੇ ਨੇ ਲੇਕਿਨ ਜੇ ਉਹਨਾਂ ਦੀ ਟਰਨਓਵਰ ਦੇਖੀ ਜਾਏ ਤੇ ਕਰੋੜਾਂ ਵਿੱਚ ਉਹ ਕਿੱਥੋਂ 3ਾਂ ਤੋਂ 3ਾਂ ਤੋਂ ਸੋਸ਼ਨ ਹੋ ਰਿਹਾ ਇਹਨਾਂ ਨੂੰ ਸਰਕਾਰ ਤੇ ਪ੍ਰਬੰਧ ਪੁੱਛਦਾ ਕਿਉਂ ਨਹੀਂ ਹੈ ਜੇ ਪੁੱਛਿਆ ਜਾਵੇਗਾ ਤੇ ਕਿਹੜੇ ਢੰਗ ਨਾਲ ਇਹਨਾਂ ਦੇ ਸੀਮਾ ਤੈਅ ਕਰਨੀ ਚਾਹੀਦੀ ਹੈ ਜਿਹੜੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਇਸ ਸਾਰੇ ਪ੍ਰਬੰਧਨ ਦੇ ਵਿੱਚ ਜਿਹੜੇ ਲੋਕ ਫਸ ਜਾਂਦੇ ਨੇ ਉਹ ਬਾਬੇ ਬਣ ਜਾਂਦੇ ਨੇ ਤੇ ਫਿਰ ਪੋਲੀਟੀਸ਼ੀਅਨ ਉਹਨਾਂ ਦੇ ਡੇਰੇ ਉਹਨਾਂ ਦੇ ਜਿਹੜੇ ਹੈਗੇ ਨੇ ਜੋ ਵੀ ਆਸ਼ਰਮ ਬਣਾਏ ਹੋਏ ਨੇ ਉੱਥੇ ਜਾਂਦੇ ਨੇ ਤੇ ਇਸ ਕਾਸੇ ਦੇ ਵਿੱਚ ਤੀਆਂ ਹੀ ਤੀਆਂ ਦਾ ਸ਼ੋਸ਼ਣ ਕਰਦੀਆਂ ਪਹਿਲੀ ਗੱਲ ਉਸ ਦਾ ਸੰਚਾਲਨ ਕਰਦੀਆਂ ਉਸ ਦੀ ਦੇਖਰੇਖ ਕਰਦੀਆਂ ਬੜੇ ਐਸੇ ਡੇਰੇ ਨੇ ਜਿੰਨਾਂ ਨੂੰ ਮੈਂ ਦੇਖਿਆ ਬਾਛਿਆ ਕੋਖਿਆ ਉਹਨਾਂ ਨੂੰ ਪੜਿਆ ਵੀ ਹੈ ਉਹਨਾਂ ਦੀ ਜਿਹੜੀ ਦੁਖਾਂਤ ਭਰੀ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਈਵਨ ਇੱਕ ਵਾਰੀ ਪੰਜਾਬੀ ਅਜੀਤ ਵਿੱਚ ਯਾਦ ਬਣੇ ਇਤਿਹਾਸ ਡਾਕਟਰ ਸਾਧੂ ਸਿੰਘ ਹਮਦਰਦ ਲਿਖਿਆ ਕਰਦੇ ਹੁੰਦੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਵਾਰੀ ਇੱਕ ਕਾਲਮ ਦਿੱਤਾ ਵੇ ਇੱਕ ਧੀ ਨੇ ਆਪਣੀ ਸੱਚ ਬਿਆਨੀ ਜਿਹੜੀ ਸੀ ਜ਼ਾਹਰ ਕੀਤੀ ਵੀ ਮੇਰੇ ਬੱਚਨ ਨਹੀਂ ਸੀ ਹੁੰਦਾ ਤੇ ਮੇਰੇ ਜੇੜ ਜੇਠਾਣੀ ਨੇ ਤੇ ਹੋਰ ਜਿਹੜੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪਣੇ ਗੁਰੂਕਲ ਜਾਂਦੇ ਆ ਤੇ ਤੂੰ ਵੀ ਚੱਲ ਉੱਥੇ ਲੈ ਗਏ ਸਾਨੂੰ ਵੀ ਉੱਥੋਂ ਹੀ ਕਹਿੰਦੇ ਹੋਇਆ ਸੀ ਤੇਰਾ ਵੀ ਉੱਥਾਂ ਹੀ ਹੋ ਜਾਣਾ ਉਹ ਗੁਰੂ ਕੋਲ ਲੈ ਗਏ ਇੱਥੇ ਉੱਥੇ ਜਾ ਕੇ ਉਹਨਾਂ ਨੇ ਕੀ ਕੀਤਾ ਗੁਰੂ ਜੀ ਨੇ ਕਿਹਾ ਵੀ ਮੈਂ ਗੱਲ ਸਮਝ ਲਈ ਏ ਇਹਨੂੰ ਤੁਸੀਂ 7 ਦਿਨ ਲਈ ਇੱਥੇ ਛੱਡ ਦਿਓ ਵੀ ਪਾਠ ਪੂਜਾ ਕਰਨੀ ਹੈ ਹੁਣ ਪਾਠ ਪੂਜਾ ਕਿਹੋ ਜਿਹੀ ਹੋਣੀ ਸੀ ਤੁਸੀਂ ਇਹ ਦੇਖੋ ਉਹ ਧੀ ਇਹ ਕਹਿੰਦੀ ਹੈ ਕਿ ਮੈਂ ਨਸ਼ੇ ਦੇ ਵਿੱਚ ਤੋਟੋ ਹੋ ਜਾਂਦੀ ਸੀ ਜਦੋਂ ਮੈਨੂੰ ਸ਼ਾਮ ਨੂੰ ਕੁਝ ਉਹ ਦਿੰਦੇ ਸੀ ਜਿਹੜੇ ਉਹਨਾਂ ਦੇ ਗੁਰੂ ਜੀ ਸੀਗੇ ਤੇ ਫੇਰ ਮੈਨੂੰ ਰਾਤ ਨੂੰ ਸੋਜੀ ਨਹੀਂ ਸੀ ਹੁੰਦੀ ਲੇਕਿਨ ਕੁਛ ਇਸ ਤਰ੍ਹਾਂ ਲੱਗਦਾ ਸੀ ਕੋਈ ਮੇਰੇ ਜਿਸਮ ਦੇ ਨਾਲ ਖਿਲਵਾੜ ਕਰ ਰਿਹਾ ਤੇ ਜਦੋਂ ਉਹਨੂੰ ਕਮਜ਼ੋਰੀ ਹੋ ਜਾਣੀ ਖਾਦਾ ਨਹੀਂ ਆਣ ਜਲ ਕੁਛ ਤੇ ਉਹਨੇ ਕਨਸੀਵ ਕਰ ਜਾਣਾ ਤੀਵੀ ਨੇ ਉਹ ਕਨਸੀਵ ਕਰ ਗਈ ਲੇਕਿਨ ਉਹ ਕਹਿੰਦੀ ਜਦੋਂ ਮੈਨੂੰ ਪਤਾ ਲੱਗਿਆ ਘਰ ਵਿੱਚ ਬੜੀਆਂ ਖੁਸ਼ੀਆਂ ਬਣਾਈਆਂ ਗਈਆਂ ਤੇ ਮੈਨੂੰ ਬੜਾ ਦੁੱਖ ਹੋਇਆ ਕਿ ਇਹ ਤੇ ਇਸ ਅੰਸ਼ ਦਾ ਬੱਚਾ ਹੀ ਨਹੀਂ ਤੇ ਮੈਂ ਉਸ ਨੂੰ ਕਹਿੰਦੀ ਮੈਂ ਅਬੋਰਟ ਕਰਾਤਾ ਅਬੋਰਸ਼ਨ ਦਾ ਦੇਖੋ ਇੱਕ ਕਨਸੈਪਟ ਕਿੱਥੋਂ ਸ਼ੁਰੂ ਹੋਇਆ ਉਸ ਬੱਚੇ ਨੂੰ ਅਬੋਰਟ ਕਰਾਤਾ ਤੇ ਮੈਂ ਘਰਵਾਲਿਆਂ ਨੂੰ ਸੱਤੀ ਕਲ ਬੁਲਾਈ ਤਲਾਕ ਲੈ ਕੇ ਅਲੱਗ ਹੋ ਕੇ ਬਹਿ ਗਈ ਇਹ ਸੀ ਸਤੀ ਸੁਵਿਤਰੀ ਜਿਨੇ ਇਹ ਕਬੂਲ ਨਹੀਂ ਕੀਤਾ ਕਿ ਮੈਨੂੰ ਬੱਚਾ ਜਿਹੜਾ ਮਿਲ ਰਿਹਾ ਮੈਨੂੰ ਸੇਬਾ ਜਿਹੜਾ ਮਿਲ ਰਿਹਾ ਮੇਰੀ ਕਿਸ ਤਰ੍ਹਾਂ ਦੀ ਇੱਜ਼ਤ ਜਾਂ ਅਤਵਤ ਨਾਲ ਖੇਲ ਕੇ ਮਿਲ ਰਿਹਾ ਮੈਂ ਇਸ ਨੂੰ ਅਪਰੂਵ ਨਹੀਂ ਕਰਦੀ ਤੇ ਜੇ ਉਦੋਂ ਇਸ ਤਰ੍ਹਾਂ ਦੇ 50 ਸਾਲ ਪਹਿਲਾਂ ਇਹ ਗੱਲਾਂ ਹੁੰਦੀਆਂ ਸੀ ਤੇ ਅੱਜ ਤਾਂ ਬੜੀਆਂ ਵਧੀਆਂ ਨੇ ਜਿਹੜਾ ਵੀ ਬੰਦਾ ਕ੍ਰਾਈਮ ਕਰਦਾ 376 ਦੇ ਕੇਸ ਤੋਂ ਬਚ ਜਾਏਗਾ ਈਵ ਟੀਜ਼ਿੰਗ ਤੋਂ ਬਚ ਜਾਏਗਾ ਬਾਬਾ ਬਣ ਜਾਏਗਾ ਜਿਹੜੇ ਪੋਲੀਟੀਸ਼ੀਅਨ ਕੋਲ ਉਹਨੇ ਜਾਣਾ ਸੀ ਆਪਣੇ ਕੰਮ ਕਰਨ ਲਈ ਉਹ ਡੇਰੇ 'ਚ ਖੁਦ ਹੀ ਆ ਜਾਂਦੇ ਨੇ ਤੇ ਉਹ ਆ ਕੇ ਫਿਰ ਇਹ ਕਹਿ ਦਿੰਦੇ ਆ ਮਰੀ ਜੀ ਸਾਡਾ ਇਹ ਕੰਮ ਰੁਕੇ ਹੋਇਆ ਹੈ ਅਹ ਤੁਸੀਂ ਤੁਹਾਡੇ ਲਈ ਆ ਦੋ ਤੋਹਫੇ ਲੈ ਆਇਆ ਤੋਹਫਿਆਂ ਦਾ ਮਤਲਬ ਤੁਸੀਂ ਸਮਝ ਗਏ ਹੋ ਜੀ ਤੇ ਆ ਲੈ ਆਇਆ ਉਹ ਲੈ ਆਇਆ ਤੇ ਇਹ ਪ੍ਰਬੰਧਨ ਜੇ ਇਹੋ ਜਿਹਾ ਚੱਲਣਾ ਤਾਂ ਫੇਰ ਤਾਂ ਉਹ ਜ਼ਮਾਨਾ ਬੜਾ ਚੰਗਾ ਸੀਗਾ ਜਦੋਂ ਸਿੱਖਾਂ ਦੇ 12 ਵਜ ਦੇ ਸੀਗੇ ਤੇ ਉਹ ਦੇਸ਼ ਦੀਆਂ ਧੀਆਂ ਨੂੰ ਰੋਕ ਲੈਂਦੇ ਸੀ ਤੇ ਘਰੋ ਘਰੀ ਪਹਚਾ ਦਿੰਦੇ ਸੀ